ਕਾਂਗਰਸ ਪਾਰਟੀ ਪੰਜਾਬ ਵਿੱਚ ਕੁੱਲ 13 ਸੀਟਾਂ 'ਤੇ ਆਪਣੀ ਜਿੱਤ ਦਰਜ ਕਰਨ ਵਿੱਚ ਨਾਕਾਮ ਰਹੀ ਹੈ। ਇਸ ਗੱਲ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਵਿਚਾਰ ਵਿੱਚ ਲੱਗੀ ਹੋਈ ਹੈ, ਦੂਜੇ ਪਾਸੇ ਇੱਕ ਸੰਗਰੂਰ ਪਹੁੰਚੀ ਕਾਂਗਰਸੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੀ ਬੀਬੀ ਰਜਿੰਦਰ ਕੌਰ ਪੱਠਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ EVM ਮਸ਼ੀਨ 'ਤੇ ਸ਼ੰਕਾ ਜ਼ਾਹਰ ਕਰਦੇ ਹੋਏ ਉਸ ਦੀ ਦੁਰਵਰਤੋਂ ਦੀ ਗੱਲ ਆਖੀ ਹੈ ਅਤੇ ਇਸ ਗੱਲ ਨੂੰ ਉਹਨਾਂ ਨੇ ਆਪਣੀ ਨਿੱਜੀ ਰਾਏ ਦੱਸਿਆ। ਮੇਰੀ ਨਿੱਜੀ ਰਾਏ ਹੈ, ਆਈ ਮੇ ਬੀ ਰੋਂਗ ਔਰ ਰਾਈਟ, ਕਿ ਹਰ ਤਰੀਕੇ ਨਾਲ EVM ਮਸ਼ੀਨਸ ਨੂੰ ਮਿਸਯੂਜ਼ ਕੀਤਾ ਗਿਆ, ਕਿਉਂਕਿ ਮੇਰੇ ਆਪਣੇ ਹਲਕੇ 'ਚੋਂ ਮੈਨੂੰ 8-7 ਪੋਲਿੰਗ ਬੂਥਾਂ ਤੋਂ ਆਈਆਂ ਸੀ ਰਿਪੋਰਟਾਂ ਕਿ ਵੋਟ ਪਾਉਣੇ ਤੁਹਾਨੂੰ ਨਿਕਲਦੀ ਹੈ ਕਿਸੇ ਹੋਰ ਉਮੀਦਵਾਰ ਨੂੰ। ਅਬਜ਼ਰਵਰ ਬੁਲਾਇਆ, ਪੋਲਿੰਗ ਰੋਕਿਆ, ਔਰ ਅਬਜ਼ਰਵਰ ਨੇ ਦੇਖਿਆ ਉਸ ਵਕਤ ਵੀ, ਖਾਸ ਤੌਰ 'ਤੇ ਮੈਨੂੰ ਕਦੋਂ ਪਿੰਡ ਯਾਦ ਨੇ ਜਿਹੜਾ ਆਪਣਾ ਤੁਹਾਡਾ ਨਵਾਂ ਗਾਉਂ ਵਗੈਰਾ ਦੀ ਬੈਲਟ ਦੇ ਵਿੱਚ ਆਏ ਨੇਗੇ, ਸਲੇਮਗੜ੍ਹ ਐਰਾ ਵਗੈਰਾ, ਉਹ ਦੇਖਿਆ ਗਿਆ, ਅਬਜ਼ਰਵਰ ਨੇ ਵੀ ਦੇਖਿਆ ਵੋਟ ਪਾ ਕੇ ਕਾਂਗਰਸ ਨੂੰ ਹੋਰ ਪਾਸੇ ਨਿਕਲੀ। ਸੋ ਮੈਨੂੰ ਪੂਰਾ ਹੈਗਾ ਕਿ EVM ਮਸ਼ੀਨਾਂ ਦਾ ਜਿਹੜੇ ਜਪਾਨ ਵਾਲੇ ਬਣਾਉਣ ਵਾਲੇ ਹੈ ਉਹਨਾਂ ਨੇ ਵੀ ਇਸਤੇਮਾਲ ਛੱਡਿਆ, ਕਿਉਂਕਿ ਉਹਦੇ ਨਾਲ ਫੇਅਰ ਇਲੈਕਸ਼ਨ ਨਹੀਂ ਹੁੰਦੀ। ਅਮੈਰੀਕਾ ਵਰਗਾ ਐਡਵਾਂਸ ਕੰਟਰੀ, ਉਹਨੇ ਵੀ ਛੱਡਿਆ, ਫਿਰ ਇਲੈਕਸ਼ਨ ਨਹੀਂ ਹੁੰਦੀ। ਇਹਨੂੰ ਕਿਸ ਤਰੀਕੇ ਦਾ ਵਰਤਿਆ ਗਿਆ, ਪਹਿਲਾਂ ਮੋਦੀ ਵੇਵ ਬਣਾਈ ਗਈ ਹੈ, ਫਿਰ ਉੱਥੇ ਮੀਡੀਆ 'ਚ ਪ੍ਰਚਾਰ ਕੀਤਾ ਗਿਆ, ਫਿਰ ਅਰਬਨ ਥਾਵਾਂ ਤੋਂ ਵੋਟਾਂ ਲਈਆਂ ਗਈਆਂ। ਸੋ ਮਿਸਯੂਜ਼ ਆਫ ਜਿਹੜੀ EVM ਹੈ ਉਹਦਾ ਹੋਇਆ, ਕੋਈ ਮੋਦੀ ਕਰਿਸ਼ਮਾ ਨਹੀਂ ਹੈ।